ਸੁਣ ਲਓ ਬੇਨਤੀ, ਇਹ ਬੇਨਤੀ ਬਿੱਕਰ ਸਿਓ ਵੱਲੋਂ ਆ ਜਿਹੜੇ ਵੱਢ ਖਾਣਿਆਂ ਦੇ ਵੱਜਦੇ ਆ ਭਾਈ, ਰਾਤ ਉਹਨਾਂ ਦੇ ਖੇਤੋਂ ਕੋਈ ਸੱਜਣ ਕਿੱਕਰ ਦਾ ਮੁੱਢ ਚੁੱਕ ਕੇ ਲੈ ਗਿਆ। ਬਿੱਕਰ ਸਿਓ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਤਾ ਕਿ ਚੋਰ ਕੌਣ ਹੈ ਤੇ ਇਹ ਕਿਹੜੇ ਕੰਮ ਲਈ ਚੱਕ ਕੇ ਲਿਆ। ਜਾਂ ਤਾਂ ਚੋਰ ਆਪਣੇ ਆਪ ਸਰਪੰਚ ਦੇ ਘਰੇ ਆ ਕੇ ਮਾਫ਼ੀ ਮੰਗ ਲਵੇ ਤਾਂ ਗੱਲ ਪੰਚਾਇਤ 'ਚ ਨਿਬੜ ਜੂ, ਨਹੀਂ ਤਾਂ ਸਾਰੀ ਗੱਲ ਥਾਣੇ ਤੱਕ ਜਾਊ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰਨ ਆ ਫੜ ਆਪਣਾ ਟਿਫਨ, ਇਹ ਸ਼ਾਮ ਤੱਕ ਖਾਲੀ ਹੋਵੇ। ਕੱਲ ਰੋਟੀ ਉਵੇਂ ਮੋੜ ਲਿਆਇਆ ਸੀ। ਉਹ ਕੀ ਕਰੀਏ ਭੈਣ ਜੀ, ਸ਼ਾਮ ਤੱਕ ਅੰਗਰੇਜ਼ੀ ਪੜ ਪੜ ਕੇ ਭੁੱਖੀ ਮਰ ਜਾਂਦੀ ਆ, ਰੋਟੀ ਨੂੰ ਫਿਰ ਜੀ ਨਹੀਂ ਕਰਦਾ। ਇੱਕ ਮਾਰੂ ਤੇਰੇ ਕੰਨ ਤੇ, ਮਰ ਜਾਂਦੀ ਇਹਦੀ ਭੁੱਖ, ਟਾਈਮ ਸਿਰ ਖਾ ਲਈ। ਕਰਨ ਪੁੱਤ ਆ ਲੈ ਆਪਣੇ ਡੈਡੀ ਦੀ ਰੋਟੀ ਲੈ ਜਾ, ਜਾਂਦਾ ਜਾਂਦਾ ਖੇਤ ਫੜਾ ਜੀ। ਮੰਮੀ ਮੈਂ ਸਕੂਲੋਂ ਲੇਟ ਹੋ ਜੂ, ਮਾਮਾ ਜੀ ਦੇ ਹੱਥ ਭੇਜ ਦਿਓ ਰੋਟੀ। ਮਾਮਾ ਜੀ ਤਾਂ ਤੜਕੇ ਦੇ ਜੈਤੋਂ ਮੰਡੀ ਗਏ ਆ, ਕਬੂਤਰਾਂ ਦੀ ਬਾਜੀ ਪੈਣੀ ਆ। ਲੈ ਲੈ ਜਾ ਪੁੱਤ ਲੈ ਜਾ, ਸ਼ਾਬਾਸ਼ ਮੇਰਾ ਸ਼ੇਰ ਪੁੱਤ। ਉਹ ਮੈਂ ਨੀ ਸ਼ੇਰ ਸ਼ੂਰ, ਮੈਂ ਤਾਂ ਗਿੱਦੜ ਹੀ ਚੰਗਾ। ਉਹ ਤੂੰ ਲੈ ਕੇ ਜਾਂਦਾ ਕਿ ਨਹੀਂ ਜਾਂਦਾ? ਉਹ ਤੜਕੇ ਦੇ ਭੁੱਖਣ ਭਾਣੇ ਗਏ ਖੇਤ ਵਾਹੁਣ, ਚੱਲ ਜਾ। ਪਿਓ ਦਾਦੇ ਦੀ ਸਾਰੀ ਜਾਇਦਾਦ ਵੇਚਦੀ ਇਹਨਾਂ ਕੁੱਤੇ ਕੰਮਾਂ ਚ, ਤੇ ਵਿਹਲਾ ਹੋ ਕੇ ਆ ਕੇ ਬਹਿ ਗਿਆ ਭੈਣ ਦੇ ਦਰ ਤੇ। ਚੱਲ ਛੱਡ ਪੁੱਤ, ਤੂੰ ਚੱਲ, ਸਕੂਲੋਂ ਲੇਟ ਨਾ ਹੋ ਜੀ। ਚੰਗਾ ਡੈਡੀ, ਮੈਂ ਚੱਲਦਾ। ਓਏ ਜਿਨੇ ਲਾਲ ਪਰੀ ਨਾ ਪੀਤੀ। ਬਈ ਚੰਦ ਸਿਆਂ, ਆ ਤੇਰੀ ਲੱਕੀ ਕਬੂਤਰੀ ਤੇ ਕਬੂਤਰ ਜਨੇ ਤਾਂ ਕਮਾਲ ਕਰ, ਅੱਜ ਸਾਰਾ ਦਿਨ ਭੋੜਾ ਨਹੀਂ ਮਿਆ। ਐ ਸੱਤਵੇਂ ਅਸਮਾਨ ਚ ਡਾਰੀਆਂ ਲਾਈਆਂ ਜਿਵੇਂ ਸਾਲਾ ਨੇ ਭੁਰਾ ਭੁਰਾ ਖਾਧੀ ਹੁੰਦੀ ਹੈ। ਓਏ ਚੱਕ ਵਾਲੇ ਸਰਦਾਰ, ਐਵੀਂ ਚੌੜੇ ਹੋਏ ਫਿਰਨ। ਆਖੇ ਜੀ ਕਬੂਤਰ ਤਾਂ ਸਾਡੇ ਹੀ ਆਉਣੇ ਆ ਪਹਿਲੇ ਨੰਬਰ ਤੇ। ਮੈਂ ਸੋਚਿਆ ਸਾਲਿਓ ਉੱਡਣਾ ਤਾਂ ਕਬੂਤਰਾਂ ਨੇ ਆ, ਤੁਸੀਂ ਕਿਹੜਾ ਨਾਲ ਉੱਡ ਜਾਓਗੇ। ਓ ਤੋਦਾ ਸਿਆ, ਐਵੇਂ ਦਾ ਨੀ ਇਹਨਾਂ ਨੂੰ ਬਦਾਮ ਖਵਾਈ ਦੇ, ਸੀਨਾ ਚੌੜਾ ਹੋ ਜਾਂਦਾ ਜਦੋਂ ਪਹਿਲੇ ਨੰਬਰ ਤੇ ਆਉਂਦੇ ਆ। ਆਹੋ ਹੁਣ ਤੂੰ ਵੀ ਅਸੀਂ ਚਾਹ ਪੂਰਾ ਕਰਨਾ, ਤੇਰੇ ਕਿਹੜਾ ਪੱਪੂ ਹੋਰਾਂ ਨੇ ਸਕੂਲ ਚੋਂ ਫਸਟ ਆਉਣਾ? ਜਿਨ੍ਹਾਂ ਦੇ ਪੱਪੂ ਹੋਰਾਂ ਨੇ ਫਸਟ ਆਉਣਾ ਨਾ, ਉਹ ਸ਼ੁਗਲੇ ਨੀ ਕਰਦੇ, ਉਹ ਤਾਂ ਕਬੀਲਦਾਰੀ ਦੇ ਕੁੱਲ ਚ ਗਿੜਦੇ ਗਿੜਦੇ ਇੱਕ ਦਿਨ ਉੱਥੇ ਡਿੱਗ ਪੈਂਦੇ ਆ, ਤੇ ਤੇਰੇ ਮੇਰੇ ਅੱਗੇ ਗੱਲਾਂ ਕਰਦੇ ਆ। ਗੱਲ ਤਾਂ ਸਾਰਾ ਚੰਗਾ ਭੋਲਾ ਸੀ, ਗੱਲ ਤਾਂ ਤੇਰੀ ਚੰਦ ਸਿਆ ਜਮਾ 16 ਨੇ ਆ। ਲੈ ਵੀ ਮਿੱਤਰੋ, ਲੈਂਦੇ ਤਾਂ ਆਪਾਂ ਨਜ਼ਾਰੇ ਆ, ਜੇ ਕਿਤੇ ਮਿੱਤਰੋ ਆਪਾਂ ਵਿਆਹ ਵਾਲੀ ਕਲਹਾੜੀ ਚ ਬਾਂਹ ਦੇ ਦਿੰਦੇ ਕਿ ਨਾ, ਤਾਂ ਫੇਰ ਅੱਜ ਨਹਿਰ ਤੇ ਬਹਿ ਕੇ ਬਹਿ ਗਲੀ ਤੀ ਲੱਗਣੇ। ਸਾਡੀ ਉਹ ਵੱਡਿਆ ਵੈਲੀਆ, ਚੱਲ ਹੁਣ ਚੱਲੀਏ, ਸਾਡਾ ਤਾਂ ਸਰਜੂ ਅੱਗੇ ਜੋਗਿੰਦਰ ਸਿੰਘ ਤੇਰੇ ਵਾਸਤੇ ਹਾਰ ਲਈ ਖੜਾ ਹੋਣਾ। ਬੋਲੀ ਜਾਣਾ, ਉਹ ਆਪਦਾ ਬੋਲ ਬੋਲ ਕੇ ਚੱਸ ਪੂਰਾ ਕਰ ਲੈਂਦਾ, ਆਪਾਂ ਆਪਦਾ ਰਾਂਝਾ ਰਾਜੀ ਰੱਖੀਦਾ। ਚੱਕ ਮਿਲਪੀ। ਹਾਂ ਮੰਮੀ। ਇਹ ਵੀ ਹੁਣ ਵੇਲਾ ਕਵੇਲਾ ਜਿਹਾ ਕਰਨ ਲੱਗ ਪਈ ਹੈ, ਲੱਗਦਾ ਲੰਗੇ ਡੰਗ ਪਊਗੀ। ਬਲਜੀਤ ਭਾਈ ਰੋਟੀ। ਅਰਸ਼ ਪੁੱਤ, ਆਪਣੇ ਮਾਮੇ ਨੂੰ ਰੋਟੀ ਪਾ ਦਿਓ। ਹਾਂ ਪਾ ਦੇ ਇਹਨੂੰ ਰੋਟੀ, ਇਹਦੀ ਰੋਟੀ ਚ ਕਿਉਂ ਜਰਾ ਜ਼ਿਆਦਾ ਪਾ ਦੇ, ਜੰਗ ਜਿੱਤ ਕੇ ਆਇਆ ਨਾ ਭਰਾ ਤੇਰਾ। ਕਿਉਂ ਬੋਲੀ ਜਾਂਦੇ ਹੋ, ਸਵੇਰ ਦਾ ਗਿਆ ਵਿਚਾਰਾ, ਸਵੇਰ ਦਾ ਕੱਸੀ ਦੇ ਪਾਣੀ ਦੀ ਵਾਰੀ ਲਾਉਣ ਗਿਆ ਸੀ ਇਹ। ਵੇਖ ਸਾਲੇ ਨੂੰ ਸ਼ਰਮ ਨਹੀਂ ਆਉਂਦੀ, ਕਿਵੇਂ ਚੜ ਚੜ ਰੋਟੀਆਂ ਪਾੜੀ ਜਾਂਦਾ। ਕਾਹਨੂੰ ਇਹਦੀ ਰੋਟੀ ਟੋਕਦੇ ਹੋ, ਜੇ ਵਿਚਾਰਾ ਕਿਸਮਤ ਦਾ ਮਾਰਿਆ ਇੱਥੇ ਆ ਹੀ ਗਿਆ ਤਾਂ ਹੁਣ। ਨਾ ਕਿਸਮਤ ਨੇ ਕੀ ਇਹਦੇ ਖੇਤਾਂ 'ਚ ਗੜੇ ਪਾਤੇ, ਇਸ ਕੰਜਰ ਨੇ ਖੁਦ ਉਜਾੜਿਆ ਸਾਰਾ ਕੁਝ, 20 ਕਿੱਲੇ ਜ਼ਮੀਨ ਦੇ ਝੋਟੇ ਦੇ ਸਿਰ ਵਰਗੇ ਫੂਕਦੇ ਨੇ। ਛੱਡੋ ਵੀ ਹੁਣ, ਤੁਸੀਂ ਕਾਹਨੂੰ ਆਪਣਾ ਖੂਨ ਸਾੜਦੇ ਹੋ, ਇਹਦੀ ਸੀ ਇਹਨੇ ਫੂਕਤੀ, ਤੁਸੀਂ ਆਰਾਮ ਕਰੋ, ਸਵੇਰ ਦੇ ਥੱਕੇ ਆਏ। ਹਾਂ ਸੱਚ, ਰਾਜ ਦਾ ਫੋਨ ਆਇਆ ਸੀ, ਉਹਨੂੰ ਪੈਸੇ ਭੇਜਣੇ ਆ। ਕੋਈ ਨੀ, ਸਵੇਰੇ ਪਾ ਦਿਆਂਗੇ ਉਹਦੇ ਖਾਤੇ 'ਚ। ਹੋਰ ਕੀ ਕਹਿੰਦਾ ਸੀ ਰਾਜ, ਉਹ ਪੜ੍ਹਾਈ ਤਾਂ ਠੀਕ ਚੱਲਦੀ ਹੈ ਨਾ ਉਹਦੀ? ਲੈ ਪੜ੍ਹਨ 'ਚ ਤਾਂ ਮੇਰਾ ਪੁੱਤ ਪੂਰਾ ਹੁਸ਼ਿਆਰ ਹੈ, ਮੈਨੂੰ ਤਾਂ ਉਹੀ ਫਿਕਰ ਜਿਹਾ ਰਹਿੰਦਾ। ਓਏ 4 ਸਾਲ ਹੋ ਗਏ ਉਹਨੂੰ ਉੱਥੇ ਰਹਿੰਦੇ ਨੂੰ, ਤੂੰ ਐਵੇਂ ਨਾ ਫਿਕਰ ਕਰਿਆ ਕਰ, ਉਹਦੀਆਂ ਤਾਂ ਉੱਥੇ ਮੌਜਾਂ ਹੀ ਬਹੁਤ ਆ। ਕੈਨੇਡਾ ਵਾਲੀ ਭੂਆ ਦੀ ਐਡੀ ਵੱਡੀ ਕੋਠੀ ਮਿਲੀ ਹੋਈ ਉਹਨੂੰ ਉੱਥੇ ਰਹਿਣ ਵਾਸਤੇ। ਹਾਂ ਇਹ ਤਾਂ ਪਰਮਜੀਤ ਨੇ ਚੰਗਾ ਕੀਤਾ, ਉਹਦੀ ਕੋਠੀ ਦੀ ਸੰਭਾਲ ਹੋ ਗਈ ਤੇ ਰਾਜ ਨੂੰ ਸੌਖਾ ਹੋ ਗਿਆ। ਹਾਂ ਇਹ ਤਾਂ ਠੀਕ ਹੈ।
पर रोटी पानी का फिक्र तो हो ही जाता है, आप हथ साड़ने पेंदे है। पता नहीं बगाने शहर च कला किवें टाइम पास करता हो। विस्की रम गरे जी दारू एक जट दा कम सवारू, विस्की रम गरे जी दारू एक अपना कम सवारू, राती बीती सुबह चढ़ूगी और रख दे परे टका के एक बैग दे सीधा अपनी सेहत का ख्याल रखा कर, इना ना पढ़िया कर। है आ की होया? ओ, कुछ नहीं मम्मी, आ मेरे नाल हैगा ना मरसरिया, रात दुध पी के गिलास इथे रख गया, ओ डिग गया। ओहो चल कोई नहीं, ए भी विचारा पढ़ जू कुछ बन जू। मम्मी मैं ता बहुत कोशिश करना, पर एदी ना अकल थोड़ी जी मोटी है। हाँ सच, तेरे अकाउंट च कल 10,000 पा दिता सी असी। थैंक यू मम्मी। ले थैंक्स वाली केड़ी गल है, जे होर चाहिदे होए ता तू दस दे, पर तू दिल ला के पढ़। अच्छा मम्मी जी,
मैं फिर फोन करना। बल्ले तेरी सारी रात मौजा करनी है ते फोन करके कहना मम्मी मैं तेरा 11-12 बजे तक पढ़दा मैनू तू पढ़ाउना। ओ भरावा तेरे गुणा नु वेख के ते इदा लगदा भी दुनिया के सिर्फ दो ही पुत्र होए ने एक सरवण ते दूजा तू। ओए आपां कड़ा रोज रोज मस्ती करदे आं यार कदे कदे तां कुर कुठणी है। ओ जल्दी तैयार हो जा तैनू पता अज अपने कालेज नवे नवे पटोले आउणे शायद कितने साडी भी लाटरी लग जाए हूं जल्दी तैयार हो जा कि इतने बैठे बैठे लेट ना हो जाइए। कितने नहीं लेट होंगे। अच्छा गल सुन हाँ किन्ने पैसे भेजे कर दिया 10,000। बस बस तो यार 10,000 नाल अपना की बनना 5-7,000 तो राती फूकता होना लगता कोई होर जुगाड़ करना पऊ। अमसरिया जुगाड़ तो है मेरे दिमाग च एक की गल भूआ की कोठी का समान कड़ी बेच भूआ की कोठी का पीजी तो बना सकते हैं। मुंडे तो खड़े ने बार पैसे लैके नित दी जूत पताल होनी इथे। ओ मुंडियां दा पीजी कौन कहंदा यार कुड़ियां दा पीजी कुड़ियां दे मां-पिओ दा दिमाग खराब आ ना जिहड़े साडे कोल अपनियां कुड़ियां छड्ड के जाण। ओ इहदा लाज वी मैं सोच रख्या है तू वेखी हत्थां ते सरो जमदी कुड़ियां तां आणगियां भज्जियां। बापू जी ओ हौले 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 पुत्र हौली चलिया घर देख की हाल बना रखे है। ओहो पहला सां ता ले ला एडी केड़ी दसण वाली गल है आराम ना दस। मेरी चंडीगढ़ कॉलेज एडमिशन हो गई है उन्हां दी चिट्ठी आई सी। ये तो बहुत चंगी गल हो गई है घरदियां नूं दस तो सारे नूं। मम्मी ते दादी नूं तो दसता है पापा जी ते वीर घर नहीं सी ओ किसे दे ना पुलिस स्टेशन गए हुए सी। ओ तेरे पापे नूं तां ना कचहरियां ते थाणियां तों फुरसत नहीं मिलनी। फिर दविंदर सिंह जी की करना इन्हों का करना की है मेरा बस चले तो यह जिगन की औलाद न मैं गोली मार दिया। शर्म ना की चीज तो इन्ह दखा च उड पुड गई है अखा नीविया कर ला काका तो यह जहा कोई काम नहीं किया जेड़ा साडिया अखा च अखा पा के वेख सके जेड़ा चन चाढ़ना से तू चाढ़ ही चुकी है। एक गल ते दस कुड़िए दो कड़िया दे प्यार ले तू अपने मापियां दा सालां दा प्यार भुल गई तू ए वी भुल गई कि किस तरह तेरा प्यो सिर उच्चा करके तुरेगा ते तेरा छोटा भरा सारी उम्र किस तरह लोकां दे ताने सहेगा तेरे वर्गियां कुड़िया दे मापे सारी उम्र सथ च खड़ के किसी नाल गल करन जोगे नहीं रहिंदे। कुड़िए जे तू मेरी धी हुंदी ना तां अज मैं एह जा फैसला करना सी कि सारे इलाके दीआं धीआं नूं पता लग जांदा कि इज्जतां लई प्यो की कर सकदे ने। अज तुहाडे दोवां दे प्यो इत्थे बैठे ने हुण तां इहो दसणगे की होना चाहीदा। हुण मैं की करना सरपंच साहब असीं इहदे लई मर गए ये साडे लई मर गई हुण जिथे धक्के खाने आ खावे करता इन्हां नूं मैं भी नहीं वाड़ना ये जिथे मर्जी धक्के खाण लै जा काका इहनूं नाल रब करे तेरे घर जम्मे धी ते जावे वो अपनी मां ते फिर तैनूं पता लगेगा धी दे प्यो दा की दुख हुंदा। मम्मी मैं समान पैक कर लूंगा कल मैं जाना है। पुत्र पहला तेरे पापा नाल तां गल हो लैण दे देखो जान दी किवें गाली पई होई है। जोत जा बेटा अपने पापा ते वीर लई पानी लेके आ। जी अक गया अज तां सारा दिन ठाणी निकल गया होने ही अग्गे पुत्र हजे तो सारी जिम्मेवारी तेरे ते आनी है। करतार पहला तेरे दादे दा भी यही हाल सी सारा सारा दिन लोकां दे कम्मा च फिरदे रहना नाल तेरे प्यो नूं भी लई फिरना। बई जदों इज्जत मान करन सरपंच बनाउण
ਤਾਂ ਇਹ ਕੰਮ ਤਾਂ ਕਰਨੇ ਹੀ ਪੈਂਦੇ ਆ। ਕਿਉਂ ਪੁੱਤਰਾ? ਬਾਪੂ ਜੀ, ਕੰਮ ਤਾਂ ਰੋਜ਼ ਹੀ ਕਰੀਦੇ ਆ, ਪਰ ਕਈ ਕੰਮ ਇਹੋ ਜਿਹੇ ਹੁੰਦੇ ਆ ਬੰਦੇ ਦਾ ਦਿਲ ਦੁਖੀ ਹੋ ਜਾਂਦਾ। ਅੱਜ ਨਾਥੇ ਕੇ ਕਰਨੈਲ ਨਾਲ ਗਏ ਸੀ ਥਾਣੇ, ਉਹਦੀ ਕੁੜੀ ਨੇ ਇੱਕ ਨਵਾਂ ਹੀ ਚੰਨ ਚਾੜਤਾ। ਉਹ ਵਿਚਾਰਾ ਤਾਂ ਮਸਾਂ ਪੜਾ ਰਿਹਾ ਸੀ ਕੁੜੀ ਨੂੰ, ਸ਼ਹਿਰ ਜਾਂਦੀ ਹੁੰਦੀ ਸੀ ਕੋਈ ਕੋਰਸ ਕਾਰਸ ਕਰਨ। ਜਿਹੜੀ ਮਿੰਨੀ ਬੱਸ ਤੇ ਰੋਜ਼ ਜਾਂਦੀ ਹੁੰਦੀ ਸੀ ਉਸੇ ਦੇ ਕੰਡਕਟਰ ਨਾਲ ਜਾ ਕੇ ਕੋਰਟ ਚ ਵਿਆਹ ਕਰਾ ਲਿਆ। ਸਾਰੇ ਪਾਸੇ ਪੁੱਠੀ ਵਾਹ ਵੱਗ ਗਈ ਆ, ਕਈ ਪਿੰਡਾਂ ਵਿੱਚ ਤਾਂ ਪਿੰਡਾਂ ਦੇ ਹੀ ਮੁੰਡੇ ਕੁੜੀਆਂ ਨੇ ਵਿਆਹ ਕਰਵਾ ਲਏ। ਇਹ ਸਭ ਆ ਟੀਵੀ ਤੇ ਮੋਬਾਈਲਾਂ ਨੇ ਜਵਾਕ ਵਿਗਾੜੇ ਆ, ਹੁਣ ਤਾਂ ਰੱਬ ਹੀ ਇਹਨਾਂ ਨੂੰ ਸਮਤ ਬਖਸ਼ੇ। ਬੇਬੇ ਜੀ, ਰੱਬ ਇਹਨਾਂ ਦਾ ਕੁਝ ਨਹੀਂ ਕਰ ਸਕਦਾ। ਖਾਨਦਾਨ ਦੀ ਇੱਕ ਧੀ ਦੀ ਗਲਤੀ ਸਾਰੇ ਪਰਿਵਾਰ ਨੂੰ ਪੀੜ੍ਹੀਆਂ ਤੱਕ ਸਿਰ ਚੁੱਕਣ ਜੋਗਾ ਨਹੀਂ ਛੱਡਦੀ। ਫਿਰ ਕਹਿੰਦੇ ਨੇ ਧੀਆਂ ਨੂੰ ਭੁੱਖਾਂ 'ਚ ਕਿਉਂ ਮਾਰ ਦਿੱਤਾ ਜਾਂਦਾ ਹੈ। ਇਹ ਤੇ ਜਿਉਂਦੀਆਂ ਧੀਆਂ ਦੀਆਂ ਹਰਕਤਾਂ ਹੀ ਅਣਜੰਮੀਆਂ ਧੀਆਂ ਦੀ ਮੌਤ ਦਾ ਕਾਰਨ ਬਣ ਜਾਂਦੀਆਂ ਨੇ। ਮਾਪਿਆਂ ਦੇ ਮੋਢੇ ਕਦੇ ਧੀਆਂ ਦੇ ਭਾਰ ਨਾਲ ਨਹੀਂ ਚੁੱਕਦੇ, ਇਹ ਬੇਇੱਜ਼ਤੀ ਦਾ ਭਾਰ ਹੀ ਹੈ ਜਿਹੜਾ ਪਿਓ ਦੇ ਮੋਢੇ ਅੱਖਾਂ ਤੇ ਸਿਰ ਸਭ ਕੁਝ ਚੁਕਾ ਕੇ ਰੱਖ ਦਿੰਦੇ। ਚਲੋ ਛੱਡੋ ਜੀ, ਤੁਸੀਂ ਕਾਹਨੂੰ ਟੈਨਸ਼ਨ ਲਈ ਜਾਂਦੇ ਹੋ? ਆਪਣੇ ਬੱਚਿਆਂ ਵੱਲ ਦੇਖੋ, ਕਿੰਨੇ ਸਿਆਣੇ ਨੇ। ਕਰਤਾਰ ਤਾਂ ਤੁਹਾਡੇ ਕਹਿਣੇ ਤੋਂ ਭੋਰਾ ਵੀ ਬਾਹਰ ਨਹੀਂ ਹੈ, ਤੇ ਆਪਣੀ ਜੋਤ ਕਿੰਨੀ ਸਿਆਣੀ ਕੁੜੀ ਹੈ। ਮੈਂ ਤਾਂ ਕਹਿੰਦੀ ਹਾਂ ਪਰਮਾਤਮਾ ਇਹੋ ਜਿਹੀਆਂ ਧੀਆਂ ਘਰ ਘਰ ਦੇਵੇ। ਹਾਂ ਸੱਚ, ਤੁਹਾਨੂੰ ਇੱਕ ਗੱਲ ਦੱਸਣੀ ਸੀ, ਆਪਣੀ ਜੋਤ ਦੀ ਐਡਮਿਸ਼ਨ ਹੋ ਗਈ ਹੈ ਚੰਡੀਗੜ੍ਹ ਕਾਲਜ ਵਿੱਚ। ਠੀਕ ਹੈ ਬਾਪੂ ਜੀ, ਜੋਤ ਨੂੰ ਚੰਡੀਗੜ੍ਹ ਤੁਸੀਂ ਆਪ ਛੱਡ ਕੇ ਆਇਓ, ਤੇ ਨਾਲੇ ਕੋਈ ਚੰਗੀ ਜਿਹੀ ਜਗ੍ਹਾ ਵੇਖ ਕੇ ਰਹਿਣ ਦਾ ਪ੍ਰਬੰਧ ਵੀ ਕਰ ਦਿਆ ਜੀ। ਸੁਰਿੰਦਰ, ਮੇਰੀ ਗੱਲ ਧਿਆਨ ਨਾਲ ਸੁਣ ਲਾ, ਜੋਤ ਨੂੰ ਸਮਝਾ ਦੇ ਉੱਥੇ ਕਿਸ ਤਰ੍ਹਾਂ ਰਹਿਣਾ। ਆਓ ਜੀ, ਆਓ ਬੈਠੋ। ਇਹ ਪੀਜੀ ਤੁਸੀਂ ਚਲਾਉਂਦੇ ਹੋ ਜੀ? ਚਲਾਉਣ ਨੂੰ ਇਹ ਕਿਹੜਾ ਬੱਸ ਆ ਜੀ, ਮੈਂ ਕੰਮ ਕਰਦਾ ਇੱਥੇ ਨਾਲੇ ਪੜ੍ਹਦਾ। ਵੈਸੇ ਆ ਪੀਜੀ ਸਾਡੇ ਕਰਨਲ ਬਰਾੜ ਚਲਾਉਂਦੇ ਆ, ਪੁਰਾਣੇ ਫੌਜੀ ਆ, ਬੜੀ ਤਗੜੀ ਗੱਲਬਾਤ ਹੈ ਇਹਨਾਂ ਦੀ। ਮਿਲਟਰੀ ਚੋਂ ਰਿਟਾਇਰ ਹੋ ਕੇ ਆਏ ਨੇ, ਤੇ ਆ ਕੋਠੀ ਵੀ ਉਹਨਾਂ ਦੀ ਹੈਗੀ ਹੈ। ਲੋ ਆ ਗਿਆ ਕਰਨਲ ਬਰਾੜ। ਨਮਸਤੇ। ਆ ਆਪਣੀ ਗੁੱਡੀ ਇੱਥੇ ਆਈਲੈਟਸ ਕਰਨ ਲੱਗੀ ਹੈ ਜੀ। ਇਹਨੂੰ ਵੀ ਆਈਲੈਟਸ ਹੋ ਗਿਆ? ਇਹਨੂੰ ਪੀਜੀ 'ਚ ਜਗ੍ਹਾ ਚਾਹੀਦੀ ਹੈ। ਓਕੇ, ਜਗ੍ਹਾ ਮਿਲ ਜਾਏਗੀ, 3000 ਰੁਪਏ ਮਹੀਨਾ, ਬਾਕੀ ਸਭ ਜ਼ਿੰਮੇਵਾਰੀ ਸਾਡੀ। ਅੰਕਲ, ਤੇ ਤੁਹਾਡਾ ਆਪਣਾ ਪਰਿਵਾਰ ਇੱਥੇ ਹੀ ਰਹਿੰਦਾ? ਪਰਿਵਾਰ ਮੀਨਸ ਫੈਮਿਲੀ। ਉਹ ਜੀ, ਦੇਸ਼ ਦੀ ਸੇਵਾ ਕਰਦੇ ਕਰਦੇ ਪਰਿਵਾਰ ਬਣਾਉਣ ਦਾ ਟਾਈਮ ਹੀ ਨਹੀਂ ਲੱਗਾ। ਪਰਿਵਾਰ ਬਣਾਉਣ ਦਾ ਨਹੀਂ ਅੰਕਲ, ਵਿਆਹ ਕਰਾਉਣਾ। ਯੈਸ, ਵਿਆਹ ਕਰਾਉਣ ਦਾ। ਅੱਛਾ, ਇਹਦਾ ਮਤਲਬ ਤੁਸੀਂ ਛੱਡੇ ਹੋ? ਅੱਛਾ ਜੀ, ਚਲੋ ਬੇਟੇ, ਚਲੋ ਚਲੋ। ਓਏ, ਇਹਨਾਂ ਨੂੰ ਕੀ ਹੋਇਆ? ਹੋਣਾ ਕੀ ਹੈ, ਕਿਸੇ ਦਾ ਦਿਮਾਗ ਥੋੜੀ ਖਰਾਬ ਹੈ ਵੀ ਆਪਣੀ ਕੁੜੀ ਛੜੇ ਕੋਲ ਛੱਡ ਕੇ ਜਾਊਗਾ। ਭਰਾਵਾ, ਛੜਾ ਤੇ 90 ਸਾਲ ਦਾ ਵੀ ਖਤਰਨਾਕ ਹੁੰਦਾ ਜੀ। ਛੜਾ, ਇਹਦਾ ਹੱਲ ਵੀ ਹੁਣ ਮੈਂ ਹੀ ਕਰੂੰ। ਕਰੀ ਜਾਣ ਡਿਆ ਯਾਰ, ਮਸਲਾ ਤੇ ਹੈਗਾ ਕਰਨਲ ਦੀ ਜਨਾਨੀ ਦਾ, ਤੇ ਤੂੰ ਆ ਹੀਰੋਇਨਾਂ ਦੀਆਂ ਫੋਟੋਆਂ ਵੇਖੀ ਜਾਣ ਡਿਆ। ਉਹ ਕਰਨਲ ਦੀ ਜਨਾਨੀ ਇਹਨਾਂ ਚ ਲੱਭਣੀ ਹੈ? ਆਹ ਫੋਟੋ ਦੇਖ ਕੇ ਐਸੀ ਲੱਗਦੀ ਹੈ ਜੇ ਥੋੜੀ ਜਿਹੀ ਬੁੱਢੀ ਹੋ ਜਾਏ ਕਿਵੇਂ ਲੱਗੂ? ਬੁੱਢੀ ਹੋ ਕੇ ਮੱਲਿਕਾ ਸ਼ਰਾਵਤ ਬੁੱਢੀ ਮੱਲਿਕਾ ਸ਼ਰਾਵਤ ਹੀ ਲੱਗੂ, ਹੋਰ ਉਹਨੇ ਸਾਡੇ ਪਿੰਡ ਵਾਲੇ ਦਲੀਪੋ ਥੋੜਾ ਬਣ ਜਾਣਾ। ਓਏ, ਤੂੰ ਚੁੱਪ ਕਰਕੇ ਬੈਠ ਤੇ ਮੇਰੀ ਚਿੱਤਰਕਾਰੀ ਦੇਖ। ਅੱਛਾ, ਹੇ ਆਹ ਬਣ ਗਈ ਕਰਨਲ ਦੀ ਧਰਮ ਪਤਨੀ ਮਲਕੀਤ ਕੌਰ ਬਰਾੜ। ਉਹ ਭਰਾਵਾ, ਬਾਕੀ ਬਣ ਗਈ ਮਿਸਜ ਬਰਾੜ, ਇਹਦੇ ਕੱਪੜੇ ਦਾ ਪਵਾ ਦੇ। ਹੇ, ਆਹ ਲੈ ਪੈ ਗਏ ਕੱਪੜੇ, ਹੁਣ ਇਹਨੂੰ ਫਰੇਮ ਕਰਾ, ਉੱਤੇ ਪਾ ਦੇ ਹਾਰ, ਤੇ ਇਹ ਬਣ ਗਈ ਮਰਹੂਮ ਮਿਸਜ ਬਰਾੜ, ਤੇ ਹੁਣ ਵੇਖੀ ਲੱਗਦੀਆਂ ਪੀਜੀ ਚ ਰੌਣਕਾਂ। ਅੰਕਲ, ਜੋ ਸੰਧੂ ਆ ਇਹਨੇ ਵੀ ਸਾਡੇ ਕਾਲਜ ਐਡਮਿਸ਼ਨ ਲਈ ਆ। ਸਤਿ ਸ਼੍ਰੀ ਅਕਾਲ ਜੀ। ਮਾਈਸੈਲਫ ਕਰਨਲ ਬਰਾੜ। ਕੀ ਜੀ? ਮੈਨੂੰ ਕਰਨਲ ਬਰਾੜ ਕਹਿੰਦੇ ਨੇ। ਕੌਣ ਕੌਣ ਕਹਿੰਦੇ ਨੇ? ਤੁਸੀਂ ਦੱਸੋ ਜੀ, ਕਿਸ ਤਰ੍ਹਾਂ ਹੈ? ਇਹ ਮੇਰੀ ਪੋਤੀ ਹੈ, ਇੱਥੇ ਪੜ੍ਹਨ ਆਈ ਹੈ। ਪਰ ਅਸੀਂ ਤਾਂ ਪੜ੍ਹਾਉਂਦੇ ਨਹੀਂ। ਤੂੰ ਫੌਜੀ ਹੈ? ਹਾਂ। ਯੈਸ। ਫਿਰ ਤੇਰਾ ਕੋਈ ਕਸੂਰ ਨਹੀਂ, ਉਹ ਇੱਥੇ ਰਹਿਣ ਆਈ ਹੈ, ਪੜ੍ਹਨਾ ਤਾਂ ਨਹੀਂ ਕਾਲਜ 'ਚ ਹੈ।
कमल इन्हों सामने वाला कमरा दिखा दो जी अंकल जा बेटा देख गया तुसी बैठो जी कर्नल साहब यह साड़ी बहुत ही प्यारी थी है जी असी चाहिए तेन चंडीगढ़ च कोठी खरीद के दे सकते हैं पर असी इत्थे रह नहीं सकते ते इनू कल्या छड़ नहीं सकते समाना खराब है जी ठीक है डोंट वरी असी इन्हों किसी किस्म की शिकायत का मौका नहीं देंगे बाकी मेरे होंगे किसी होर की मजाल इन्ह वाल अख चुके भी वेखे जी आई मीन सारिया कुड़ियों की जिम्मेवारी मेरी है तुहानू फिक्र करने की कोई लोड़ नहीं आ जाओ तो पुत्र कमरा देख लिया जी बापू जी ठीक है कर्नल साहब ऐ लो 10,000 रुपए जी तो इस तरह तुहानू पैसे मिलते रहेंगे ठीक है जी जोत पुत्र अपना ख्याल रखी है सत श्रीकाल बापू जी चंगा कर्नल साहब अच्छा जी सत श्रीकाल हेलो जी जी जो मर्जी आ सकते हो 3,000 रुपये महीना ओके जी आज 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 इधर आ इधर अंकल आ मेरी गर्लफ्रेंड आ की ना बेटा तेरा वैसे भी नाम पूजा है पर प्यार मैं मिस पूजा कहना कक्का नाम बदल दे जल्दी पूजा कदे भी मिस हो सकती है की मतलब अंकल कुछ नहीं तुसी अंदर जाओ समान टिकाओ चल मेरी मिस पूजा तेन तेरा कमरा विखा रहा हाल गल सुन इन्हों की गल वाल बहुत ध्यान ना दे इन्हों बुढ़िया की आदत होंगी है फुट फुट करने ਜਿਵੇਂ ਤੁਹਾਨੂੰ ਪਤਾ ਬਈ ਅੱਜ ਤੁਹਾਡਾ ਕਾਲਜ ਹੈਗਾ ਪਹਿਲਾ ਦਿਨ ਕਿਹੜਾ ਦਿਨ ਆ ਪਹਿਲਾ ਇਧਰੋਂ ਇਧਰੋਂ ਇਧਰ ਕਿਧਰੋਂ ਬਦਮਾਸ਼ ਆ ਨਹੀਂ ਜੀ ਮਨੋਂ ਦਰੋਂ ਮਾਰ ਕੇ ਡੇਲੇ ਕੱਢ ਲੈਣ ਤੇਰੇ ਡਰ ਗਈ ਸਾਡੇ ਸੀਨੀਅਰ ਨੇ ਸਾਨੂੰ ਬੜਾ ਡਰਾਇਆ ਜਦੋਂ ਨਵੇਂ ਨਵੇਂ ਕਾਲਜ ਆਏ ਹਾਂ ਸੋ ਇਸੇ ਕਰਕੇ ਅਸੀਂ ਵੀ ਤੁਹਾਡੇ ਨਾਲ ਖੇਡਣ ਲੱਗੇ ਆਪਣਾ ਗੇਮ ਸ਼ੋ ਜਿਹਦਾ ਨਾਂ ਹੈ ਪਰਚੀ ਸਿਸਟਮ ਇਹਦੇ ਵਿੱਚ ਤੁਸੀਂ ਇੱਕ ਪਰਚੀ ਕੱਢੋਗੇ ਤੇ ਜੋ ਵੀ ਪਰਚੀ ਚ ਆਊਗਾ ਉਹੀ ਤੁਹਾਨੂੰ ਕਰਨਾ ਪਊਗਾ ਚੱਲ ਚੁੱਕ ਇੱਧਰ ਫੜਾ ਖੜਨੀ ਮੈਂ ਫੜ ਅੱਛਾ ਮੰਨ ਲੈ ਉਹ ਖੰਡੀ ਸਾਹਮਣੇ ਹਾਂਜੀ ਮੰਨ ਲੈ ਤੈਨੂੰ ਆਪਣੀ ਗਰਲਫ੍ਰੈਂਡ ਬਣਾਉਣਾ ਚਾਹੁੰਦਾ ਗਰਲਫ੍ਰੈਂਡ ਪਤਾ ਕੀ ਹੁੰਦੀ ਹੈ ਕੁੜੀ ਕੁੜੀ ਹੀ ਹੁੰਦੀ ਹੈ ਗਰਲਫ੍ਰੈਂਡ ਮੁੰਡਾ ਥੋੜ੍ਹੀ ਹੋਣੀ ਹੈ ਅੱਛਾ ਉਹਨੂੰ ਪ੍ਰਪੋਜ਼ ਕਰਨਾ ਤੂੰ ਕਿੱਦਾਂ ਜਾਏਗਾ ਜਾ ਪ੍ਰਪੋਜ਼ ਕਰ ਉਹਨੂੰ ਚੱਲ ਜਾ ਓਏ ਹੋਏ ਸ਼ਾਬਾਸ਼ ਕਮਲ ਜੀ ਆ ਪ੍ਰਪੋਜ਼ ਕਰਨਾ ਭੀਖ ਨਹੀਂ ਮੰਗਣੀ ਚੱਲ ਸਤਿ ਸ਼੍ਰੀ ਅਕਾਲ ਜੀ ਤੁਸੀਂ ਆ ਤੁਸੀਂ ਚੁੱਕੋ ਪਰਚੀ ਲਿਓ ਮੈਂ ਖੋਲ ਦਿੰਦਾ ਕਿਉਂ ਤਕਲੀਫ ਕਰਦੇ ਆ ਫੜਿਆ ਮਾਰੀ ਜੀ ਆਏ ਹਾਏ 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 ਪਰਚੀ 'ਚ ਖੁਸ਼ਬੂ ਹੋਣ ਲੱਗ ਪਈ ਆ ਓਏ ਹੋਏ ਤੁਸੀਂ ਗਾਣਾ ਇੱਕ ਮਿੱਠਾ ਜਿਹਾ ਆ ਮੈਨੂੰ ਪੜਾ ਦਿਓ ਟਰੇ ਹੈ ਚਲੋ ਗਾਓ ਹੁਣ ਸੋਹਣਿਓ ਨਾਰਾਜ਼ਗੀ ਤਾਂ ਨਹੀਂ ਗੱਲ ਦਿਲ ਦੀ ਜੇ ਇੱਕ ਕਹਿ ਦਿਆਂ ਤੋੜ ਮੋੜ ਕੇ ਤੇ ਸਿੱਟੋਂਗੇ ਤਾਂ ਨਹੀਂ ਤੁਹਾਡੇ ਗੱਲ ਨੂੰ ਜੇ ਗਾਣੇ ਲੈ ਦਿਆਂ ਕਮਾਲ ਕਰਦੀ ਤੜੀ ਤੜੀ ਲਓ ਮੈਡਮ ਹੁਣ ਤੁਹਾਡੀ ਵਾਰੀ ਮੈਂ ਨਹੀਂ ਚੁੱਕਣੀ ਤੇ ਨਾ ਮੈਂ ਕੁਝ ਕਰਨਾ ਪਰਚੀ ਤਾਂ ਚੁੱਕਣੀ ਪੈਣੀ ਆ ਨਹੀਂ ਚੁੱਕਣੀ ਇਹ ਮਦਦ ਮੈਂ ਕਰ ਦਿੰਦਾ ਨੱਚ ਕੇ ਦਿਖਾਓ ਚਲੋ ਜੀ ਲਾਓ ਠੁਮਕਾ ਤੇ ਦਿਖਾਓ ਪਰਚੀ ਤੇਰੀ ਆ ਮੇਰੀ ਨਹੀਂ ਪਰਚੀ ਤੁਸੀਂ ਚੁੱਕੀ ਹੈ ਮੈਨੂੰ ਨੱਚਣਾ ਨਹੀਂ ਆਉਂਦਾ ਤੇ ਨਾ ਮੈਂ ਨੱਚਣਾ ਅੱਛਾ
ਬਰਾੜਾ ਜੀ ਦੱਸੋ ਜੀ ਤੁਸੀਂ ਕਰਨਲ ਬਰਾੜੋ ਯੈਸ ਮੈਂ ਮਿਸ ਪ੍ਰੀਤੀ ਚੋਪੜਾ ਤੁਹਾਡੇ ਨਾਲ ਫੋਨ ਤੇ ਗੱਲ ਹੋਈ ਸੀ ਹਾਂਜੀ ਹਾਂਜੀ ਆਓ ਲੰਘ ਆਓ ਤੁਸੀਂ ਇੱਥੇ ਜੌਬ ਕਰਦੇ ਹੋ ਜੀ ਵੈਸੇ ਤੇ ਮੈਂ ਅੰਬਾਲੇ ਤੋਂ ਹਾਂ ਪਰ ਇੱਥੇ ਗੋਵਿੰਦ ਸਰਵਿਸ ਕਰਦੀ ਹਾਂ ਓਏ ਅਮਰਸਰੀਆ ਹਾਂ ਕੀ ਤਕਲੀਫ ਆ ਜਾਂ ਮੈਡਮ ਲਈ ਚਾਹ ਪਾਣੀ ਲੈ ਕੇ ਆ ਜੀ ਕਰਨਲ ਸਾਹਿਬ ਬੜਾ ਮੂੰਹ ਚੜਿਆ ਨੌਕਰ ਆ ਉਹ ਨੌਕਰ ਨਹੀਂ ਜੀ ਤਾਂ ਮੇਰਾ ਦੋਸਤ ਮੇਰਾ ਮਤਲਬ ਆਪਣਾ ਹੀ ਬੱਚਾ ਇੱਥੇ ਪੜ੍ਹਦਾ ਜੀ ਇਹਦੀ ਪੜ੍ਹਾਈ ਦਾ ਖਰਚਾ ਵੀ ਮੈਂ ਹੀ ਦਿੰਨਾ ਘਰੋਂ ਗਰੀਬ ਹੈ ਲਾਗੀਆਂ ਦਾ ਮੁੰਡਾ ਮੁੰਡਾ ਕੀ ਜੀ ਇੰਨਾ ਸ਼ਰੀਫ ਬਿਲਕੁਲ ਕੁੜੀਆਂ ਵਰਗਾ ਆ ਲਓ ਜੀ ਚਾਹ ਕਰਨਲ ਸਾਹਿਬ ਤੁਹਾਡਾ ਪਰਿਵਾਰ ਪਰਿਵਾਰ ਇਹਨਾਂ ਦਾ ਜੀ ਕੰਧ ਤੇ ਤੇ ਬੱਚਾ ਇਹਨਾਂ ਦਾ ਹੈ ਕੋਈ ਨਹੀਂ ਓਹੋ ਸੌਰੀ ਇਹ ਕਿਸ ਤਰ੍ਹਾਂ ਹੋ ਗਿਆ ਇਹ ਤਾਂ ਜੀ ਮੈਨੂੰ ਵੀ ਨਹੀਂ ਪਤਾ ਕਦੋਂ ਔਰ ਕਿਵੇਂ ਹੋ ਗਿਆ ਬੰਦੇ ਦਾ ਜਦੋਂ ਇੱਕ ਸਹਾਰਾ ਖੁੱਸ ਜਾਵੇ ਤਾਂ ਉਸ ਨੂੰ ਦੂਸਰਾ ਲੱਭ ਲੈਣਾ ਚਾਹੀਦਾ ਜੀ ਹੁਣ ਕਾਹਦੇ ਲਈ ਸਹਾਰੇ ਲੱਭਣੇ ਜੀ ਹੁਣ ਤਾਂ ਨਦੀ ਕਿਨਾਰੇ ਰੁਕੜਾ ਇੰਜ ਨਾ ਕਹੋ ਜੀ ਹਾਲੇ ਤੇ ਤੁਸੀਂ ਬਿਲਕੁਲ ਫਿੱਟ ਪਏ ਹੋ ਫੌਜੀ ਸ਼ਰੀਰ ਪੂਰੇ ਜਵਾਨ ਲੱਗਦੇ ਹੋ ਓਏ ਅੰਮ੍ਰਿਤਸਰੀਆ ਮੈਡਮ ਨੂੰ ਕਮਰਾ ਦਿਖਾ ਮੈਡਮ ਨਹੀਂ ਜੀ ਮੇਰਾ ਨਾਮ ਮਿਸ ਪ੍ਰੀਤੀ ਚੋਪੜਾ ਹੈ ਤੁਸੀਂ ਮੈਨੂੰ ਪਿਆਰ ਨਾਲ ਪ੍ਰੀਤੀ ਵੀ ਕਹਿ ਸਕਦੇ ਹੋ ਮਿਸ ਮਤਲਬ ਵਿਆਹ ਵਾਲੀ ਗੱਡੀ ਤੁਸੀਂ ਮਿਸ ਕਰ ਚੁੱਕੇ ਹੋ ਚਲੋ ਆਓ ਮੈਡਮ ਤੁਹਾਨੂੰ ਤੁਹਾਡਾ ਕਮਰਾ ਵਿਖਾ ਦਿਆਂ ਕਰਨਲ ਸਾਹਿਬ ਤੁਹਾਡੇ ਮਿਸ ਬਿਲਕੁਲ ਕਿਸੇ ਹੀਰੋਇਨ ਵਾਂਗ ਲੱਗਦੇ ਆ ਮੈਨੂੰ ਯਾਦ ਨਹੀਂ ਆ ਰਿਹਾ ਬਸ ਬਸ ਜੀ ਜ਼ਿਆਦਾ ਧਿਆਨ ਨਾ ਦਿਓ ਗੱਲ ਵਿਗੜ ਵੀ ਸਕਦੀ ਆ ਤੈਨੂੰ ਕੀ ਹੋਇਆ ਲੱਕੜ ਦੇ ਬੰਦਰਾਂ ਦਾ ਮੂੰਹ ਜਿਹਾ ਬਣਾਈ ਬੈਠਾ ਬਣਾਵਾ ਨਾ ਮੈਂ ਤੈਨੂੰ ਕਰਨਲ ਸਾਹਿਬ ਕਹਿਣਾ ਤੇ ਤੂੰ ਮੈਨੂੰ ਲੱਗ ਜਾਂਦਾ ਮੁੰਡੇ ਦੱਸੀ ਜਾਂਦਾ ਹੋਰ ਤੈਨੂੰ ਮਜੀਠੀਆ ਸਰਦਾਰਾਂ ਦਾ ਮੁੰਡਾ ਕਹਿ ਦਿਆਂ ਜਿਹੋ ਜਿਹਾ ਕੰਮ ਕਰਦਾ ਉਹੀ ਕਹਿ ਦਿੰਦਾ ਤੇ ਫਿਰ ਕੁੜੀਆਂ ਵਰਗਾ ਮੁੰਡਾ ਕੋ ਕਹਿਣਾ ਬਦਮਾਸ਼ ਕਹਿ ਦਿਆ ਕਰਾਂਗੇ ਇਹ ਤਾਂ ਕੁੜੀ ਚੱਕ ਕੇ ਲੈ ਜਾਂਦਾ ਕੁੜੀਆਂ ਛੇੜਨ ਪਿਛੇੜਨੇ ਕਈ ਵਾਰੀ ਕੁੱਟ ਖਾਦੀ ਆ ਇਹ ਗੱਲ ਨਹੀਂ ਹੈਗੀ ਯਾਰ ਤੇਰਾ ਇਦਾਂ ਕਹਿਣਾ ਸਾਰੀਆਂ ਕੁੜੀਆਂ ਮੈਨੂੰ ਵੀਰ ਜੀ ਕਹਿੰਦੀਆਂ ਰਹਿੰਦੀਆਂ ਉਹ ਤੇਰੀ ਮਿਸ ਪੂਜਾ ਤਾਂ ਨਹੀਂ ਕਹਿੰਦੀ ਨਾਲੇ ਸਵੀਰ ਜੀ ਕਹਿੰਦਾ ਫਾਇਦਾ ਉਠਾ ਉਹਨਾਂ ਨੂੰ ਵੜਿਆ ਕੇ ਰਸੋਈ ਚ ਕੰਮ ਲਾ ਐਵੇਂ ਕਮਲ ਕੁੱਟੀਆਂ ਨੇ ਮਸਾਂ ਆਪਣਾ ਠਕਠਕਾ ਲੋਟ ਆਇਆ ਤੂੰ ਹਿਸਾਬ ਲਾ ਵੀ ਜਦੋਂ ਪ੍ਰਭਜੋਤ ਮੈਨੂੰ ਅੰਕਾ ਕਹਿੰਦੀ ਹੈ ਨਾ ਮੇਰੇ ਕੰਨ ਚੋਂ ਸਹੀ ਨਿਕਲ ਜਾਂਦਾ ਤੁਹਾਡੇ ਅੰਦਰ ਕੰਨ ਕਹਿੰਦੇ ਆ ਨਾਲੇ ਗੱਲ ਸੁਣ ਇੱਕ ਵਾਰੀ ਤੇਰਾ ਬੜਾ ਸੁਤਰੇ ਆਇਆ ਨਾਲੇ ਗੱਲ ਸੁਣ ਇੱਕ ਵਾਰੀ ਤੇਰਾ ਬੜਾ ਸੁਤਰੇ ਆਇਆ ਹੁਣ ਤਾਂ ਤੇਰੇ ਕੋਲ ਉਹ ਆਂਟੀ ਵੀ ਆ ਗਈ ਤੇਰਾ ਫਿੱਟ ਫੌਜੀ ਸਰੀਰ ਬੜਾ ਪਸੰਦ ਹੀ ਉਹਨੂੰ ਉਹ ਭਰਾਵਾ ਉਹ ਤੈਨੂੰ ਸਹਾਰਾ ਦੇਣ ਵਾਸਤੇ ਵੀ ਬੈਠੀ ਆ ਓਏ ਆਪਾਂ ਨੂੰ ਤਾਂ ਸਹਾਰਾ ਹੁਣ ਪ੍ਰਭਜੋਤੀ ਦੇ ਸਕਦੀ ਆ ਉਹਦਾ ਦਾਦਾ ਵੇਖਿਆ ਉਹਨੇ ਤੈਨੂੰ ਇੱਦਾਂ ਚੁੱਕ ਕੇ ਲੈ ਜਾਣਾ ਜਿਵੇਂ ਹਾਥੀ ਸੁੰਡ ਨਾਲ ਲਿਆਣਾ ਚੁੱਕ ਕੇ ਖੜਦਾ ਉਹ ਚੁੱਪ ਕਰਕੇ ਸੌਂ ਜਾ ਇਸ ਵੇਲੇ ਇਹੋ ਜਿਹੀਆਂ ਗੱਲਾਂ ਨਹੀਂ ਕਰੀ ਦੀਆਂ ਸੁਪਨੇ ਬੜੇ ਭੈੜੇ ਆਉਂਦੇ ਆ ਜਦ ਜਦ ਰਾਤ ਨੂੰ ਕੁੜੀਆਂ ਨੂੰ ਯਾਦ ਕਰੀ ਤਾਂ ਉਹਨਾਂ ਦੇ ਬਾਪੂਆਂ ਨੂੰ ਨਹੀਂ ਓਕੇ ਅੰਕਲ ਬਾਏ 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 ਅੱਛਾ ਅੰਕਲ ਬਾਏ ਸ਼ਾਬਾਸ਼ ਜਲਦੀ ਚਲੋ ਅੱਛਾ ਬਾਏ ਅੰਕਲ ਮੈਂ ਚੱਲਦੀ ਹਾਂ ਬਾਏ ਪੂਜਾ ਹਰੀ ਆਪ ਬਾਏ ਅੰਕਲ ਬਾਏ ਬਾਏ ਅੰਕਲ ਅੰਕਲ ਦਾ ਵੀ ਸਾਲਾ ਯਾਬੀ ਆ ਅੱਛਾ ਅੰਕਲ ਬਾਏ ਬਾਏ ਤੈਨੂੰ ਦੱਸਦਾ ਮੈਂ ਅੰਕਲ ਦਾ ਪਤਾ ਉਹ ਵੀ ਅੰਕਲ ਅੰਕਲ ਕਰਦਾ ਸਾਰਿਆਂ ਬਾਕੀ ਤਾਂ ਕਹਿਣ ਤੂੰ ਕਿਉਂ ਅੰਕਲ ਅੰਕਲ ਕਹਿ ਕੇ ਮੇਰੇ ਜ਼ਖਮਾਂ ਤੇ ਲੂਣ ਫੁੱਕਦਾ ਕਸਮ ਬਤਾਓ ਕਮਾ ਆਂਟੀ ਇੱਥੇ ਆ ਨੇ ਕੀ ਗੱਲ ਤੁਸੀਂ ਸਲਾਵਾਰਸ ਬੱਚੇ ਨੂੰ ਇਸ ਤਰ੍ਹਾਂ ਫੜਿਆ ਹੋਇਆ ਮੇਰੀ ਇੱਜ਼ਤ ਹੀ ਬਹੁਤ ਕਰਦਾ ਜੀ ਸਵੇਰ ਸ਼ਾਮ ਪੈਰੀਆਂ ਥਲਾਉਣ ਲੱਗ ਜਾਂਦਾ ਮੈਂ ਇਹਨੂੰ ਰੋਕ ਰਿਹਾ ਸੀ ਕਰਨਲ ਸਾਹਿਬ ਸਾਰੇ ਚਲੇ ਗਏ ਉਹ ਆ ਵੀ ਸਕਦੇ ਨੇ ਕੀ ਕਰਨਲ ਸਾਹਿਬ ਸਾਰਾ ਦਿਨ ਇੱਥੇ ਬੈਠੇ ਬੋਰ ਹੁੰਦੇ ਰਹਿੰਦੇ ਹੋ ਤੁਹਾਡਾ ਦਿਲ ਕਿਵੇਂ ਲੱਗਦਾ ਬਸ ਲੱਗ ਹੀ ਜਾਂਦਾ ਜੀ ਯਾਰਾਂ ਦੋਸਤਾਂ ਨੂੰ ਮਿਲਣ ਚਲੇ ਜਾਈਦਾ ਕੀ ਗੱਲ ਬਾਹਰ ਜਾ ਕੇ ਯਾਰੀਆਂ ਦੋਸਤੀਆਂ ਕਰਦੇ ਹੋ ਤੇ ਉਧਰ ਵੇਖਦੇ ਵੀ ਨਹੀਂ ਕੀ ਮਤਲਬ ਮਤਲਬ ਇਹ ਕਿ ਆਪਣੀ ਦਿਲ ਦੀਆਂ ਨਜ਼ਰਾਂ ਨਾਲ ਵੇਖੋ ਤਾਂ ਸਹੀ ਤੁਹਾਡੀ ਵੀਰਾਨ ਜ਼ਿੰਦਗੀ ਦੀ ਰਾਹ ਤੁਹਾਡੇ ਆਸ-ਪਾਸ ਹੀ ਬਸ ਵੇਖੋ ਤੇ ਸਹੀ ਮੈਡਮ ਤੁਹਾਡਾ ਫੋਨ ਹਾਂਜੀ ਹਾਂ ਬਸ ਮੈਂ ਆਫਿਸ ਪਹੁੰਚ ਰਹੀ ਹਾਂ ਹਾਂਜੀ ਬਾਏ ਕਰਨਲ ਸਾਹਿਬ ਬਾਏ ਲੱਗਦਾ ਅੱਜ ਕਲਾਸ ਦੀ ਵੀ ਬਾਏ ਬਾਏ ਹੋਊ ਜੋਕ ਆ ਵੀ ਇੱਕ ਸੁਣੋ ਵੀ ਲੋ ਵੀ ਪਿੱਛੇ ਜੀ ਇੱਕ ਮਸ਼ਹੂਰ ਫਿਲਮ ਆਈ ਵੀਰ ਜ਼ਾਰਾ ਤੇ ਉਸ ਫਿਲਮ ਦੀ ਸਭ ਤੋਂ ਅਜੀਬ ਗੱਲ ਪਤਾ ਕੀ ਹੈਗੀ ਵੀ ਪ੍ਰੀਤੀ ਜਿੰਟਾ ਸਾਰੀ ਫਿਲਮ ਚ ਸ਼ਾਹਰੁਖ ਖਾਨ ਨੂੰ ਵੀਰ ਕਹਿੰਦੀ ਰਹੀ ਹੈ
ਐਂਡ ਤੇ ਵਿਆਹ ਫਿਰ ਉਹਨੇ ਕਰਾ ਲਿਆ। ਚੱਲ ਚੱਲ ਚੱਲ। ਕੀ ਜੀ ਤੁਸੀਂ ਬੜਾ ਮੂੰਹ ਵੱਟਿਆ, ਕੋਈ ਪ੍ਰੋਬਲਮ? ਪ੍ਰੋਬਲਮ ਨਹੀਂ ਹੈ, ਪਰ ਮੈਨੂੰ ਇਹ ਹਾਸਾ ਮਜ਼ਾਕ ਚੰਗਾ ਨਹੀਂ ਲੱਗਦਾ। ਸਭ ਦੀ ਆਪਣੀ ਆਪਣੀ ਨੇਚਰ ਆ। ਲੈ ਹੁਣ ਤਾਂ ਆਜ਼ਾਦੀ ਮਿਲੀ ਹੈ, ਨਹੀਂ ਤਾਂ ਸਕੂਲ ਦੇ ਵਿੱਚ ਮੈਡਮਾਂ ਤੇ ਘਰ ਦੇ ਵਿੱਚ ਘਰ ਦੇ ਸਾਹ ਵੀ ਨਹੀਂ ਲੈਣ ਦਿੰਦੇ। ਮੇਰੀ ਤੇ ਤੁਹਾਡੀ ਸੋਚ ਵਿੱਚ ਇਹੀ ਫਰਕ ਹੈ। ਸਾਡੇ ਮਾਂ ਪਿਓ ਬੇਸ਼ੱਕ ਸਾਹਮਣੇ ਹੋਣ ਨਾ ਹੋਣ, ਸਾਨੂੰ ਉਹਨਾਂ ਦੀ ਮਾਣ ਮਰਿਆਦਾ ਦਾ ਧਿਆਨ ਰੱਖਣਾ ਚਾਹੀਦਾ ਹੈ। ਇਹ ਚ ਮਾਣ ਮਰਿਆਦਾ ਵਾਲੀ ਕਿਹੜੀ ਗੱਲ ਹੈ ਜੀ? ਵੇਖੋ ਜੀ, ਆਪਾਂ ਸਾਰੇ ਘਰੋਂ ਦੂਰ ਪੜ੍ਹਨ ਲਈ ਆਏ ਹਾਂ। ਇੱਥੇ ਆਪਾਂ ਹੀ ਸਾਰਿਆਂ ਦੇ ਭੈਣ ਭਰਾ, ਦੋਸਤ ਮਿੱਤਰ ਤੇ ਰਿਸ਼ਤੇਦਾਰ ਆ, ਤੇ ਜੇ ਆਪਾਂ ਸਾਰਿਆਂ ਦੇ ਦੁੱਖ ਦੇ ਸਾਥੀ ਆ, ਤੇ ਸਾਨੂੰ ਸੁੱਖ ਤੇ ਖੁਸ਼ੀ ਵੀ ਤਾਂ ਵੰਡਣੀ ਚਾਹੀਦੀ ਆ। ਕਿਉਂ? ਹਾਂ ਵੀ ਭੁੱਖ ਨਾ ਕੀ ਵੰਡੀ ਜਾਣਾ? ਇਹ ਕਿੱਥੋਂ ਆ ਗਿਆ ਰਾਮ ਵਿੱਚ ਭੰਗ ਪਾਉਣ? ਉਹ ਮੇਰੇ ਵਾਸਤੇ ਵੀ ਰੱਖ ਲਈ ਮਾੜਾ ਮੋਟਾ ਕੁਛ। ਪੱਚਾ ਪਕਰ ਯਾਰ, ਐਡੀ ਸੀਰੀਅਸ ਗੱਲ ਚੱਲਣ ਦੀ, ਐਵੇਂ ਆ ਕੇ ਖਿਲਾਰਾ ਜਿਹਾ ਪਾਤਾ ਜੀ। ਓਏ ਉਸ ਬੁੱਢੇ ਫੌਜੀ ਨੇ ਰਹਿ ਰਹਿ ਕੇ ਤੁਸੀਂ ਵੀ ਬੁੱਢਿਆਂ ਵਾਲੀਆਂ ਗੱਲਾਂ ਕਰਨ ਲੱਗ ਪਏ ਹੋ। ਓਏ ਇਹੋ ਜਿਹੇ ਬਹੁਤੀਆਂ ਸਿਆਣੀਆਂ ਗੱਲਾਂ ਕਰਨ ਵਾਲੇ ਬੁੱਢੇ ਨਾ ਠਰਕੀ ਬੜੇ ਹੁੰਦੇ ਆ। ਸ਼ਟ ਅਪ, ਅਸੀਂ ਉਹਨਾਂ ਦੀ ਗੱਲ ਨਹੀਂ ਸੀ ਕਰ ਰਹੇ। ਜੇ ਗੱਲ ਦਾ ਪਤਾ ਨਾ ਹੋਵੇ ਤਾਂ ਵਿੱਚ ਟੰਗ ਨਹੀਂ ਅੜਾਈ ਦੀ। ਸੌਰੀ ਜੋਤ, ਮੈਨੂੰ ਪਤਾ ਨਹੀਂ ਸੀ ਐਡੀ ਸੀਰੀਅਸ ਗੱਲ ਚੱਲ ਰਹੀ ਹੈ, ਮੈਨੂੰ ਵੀ ਦੱਸੋ ਕੀ ਗੱਲ ਹੈ। ਗੱਲ ਇਹ ਚੱਲਣ ਡਈ ਸੀ ਵੀ ਸਾਨੂੰ ਸੀਰੀਅਸ ਹੋ ਕੇ ਸਿਰਫ ਤੇ ਸਿਰਫ ਪੜ੍ਹਾਈ ਕਰਨੀ ਚਾਹੀਦੀ ਹੈ, ਮਸਤੀ ਨਹੀਂ। ਉਹ ਮਸਤੀ ਦਾ ਮਤਲਬ ਇਹ ਨਹੀਂ ਕਿ ਮਸਤੀ ਕਰੀ ਜਾਓ, ਪਰ ਇਹ ਗੱਲ ਵੀ ਯਾਦ ਰੱਖਣੀ ਚਾਹੀਦੀ ਹੈ, ਇਹ ਵਕਤ ਇਹ ਉਮਰ ਦੁਬਾਰਾ ਨਹੀਂ ਆਉਣੀ, ਤੇ ਇੱਥੋਂ ਦੀਆਂ ਕੌੜੀਆਂ ਮਿੱਠੀਆਂ ਯਾਦਾਂ ਨੇ ਸਾਰੀ ਉਮਰ ਸਾਡਾ ਸਾਥ ਦੇਣਾ, ਤੇ ਜਦੋਂ ਇੱਥੋਂ ਨਿਕਲ ਕੇ ਸਭ ਨੇ ਆਪਣੇ ਆਪਣੇ ਰਾਹ ਪੈਣਾ, ਫਿਰ ਪਤਾ ਕੀ ਮਹਿਸੂਸ ਹੋਣਾ। ਜਿਨ੍ਹਾਂ ਨਾਲ ਸਾਂਝਾਂ ਗੂੜੀਆਂ ਸੀ ਉਹ ਗੁਜ਼ਰ ਗਏ ਦੀ ਗੱਲ ਹੋ ਗਈ, ਜਿਹਨੂੰ ਵੇਖ ਵੇਖ ਕੇ ਜਿਉਂਦੇ ਸੀ ਖੋਰੇ ਕੀ ਦੇ ਅੱਜ ਕੱਲ੍ਹ ਹੋ ਗਏ, ਜੋ ਮਹਿਲ ਬਣਾਏ ਸਦਰਾਂ ਦੇ ਅੱਜ ਸਮਿਆਂ ਦੇ ਨਾਲ ਢਹਿ ਚੱਲੇ, ਦਿਨ ਤੀਆਂ ਵਰਗੇ ਕਾਲਜ ਦੇ ਹੁਣ ਯਾਦਾਂ ਬਣ ਕੇ ਰਹਿ ਚੱਲੇ। ਵਾਹ 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 ਵਾਹ, ਚੰਗਾ ਮੈਂ ਚੱਲਦੀ ਹਾਂ। ਮੈਂ ਤਾਂ ਕਹਿੰਦਾ ਬੈਠਦੇ ਇੱਕ ਅੱਧਾ ਸ਼ੇਰ ਹੋਰ। ਜਿਹੜੇ ਬੈਠੇ ਨੇ ਉਹਨਾਂ ਨੂੰ ਸੁਣਾ ਦਿਓ। ਰੋਟੀ ਤਾਂ ਠੀਕ ਟਾਈਮ ਤੇ ਖਾ ਲੈਣੀ ਹੈ ਕਿ ਨਹੀਂ? ਹਾਂ, ਆਪਣਾ ਖਿਆਲ ਰੱਖੀ। ਚੰਗਾ ਪੁੱਤਰ, ਸਤਿ ਸ੍ਰੀ ਅਕਾਲ। ਕਿਵੇਂ ਹੈ ਜੋਤ? ਠੀਕ ਠਾਕ ਹੈ? ਜੀ ਲੱਗਿਆ ਹੈ ਉਹਦਾ? ਹਾਂ ਬਾਪੂ ਜੀ, ਠੀਕ ਠਾਕ ਹੈ। ਕਹਿੰਦੀ ਤਾਂ ਹੈ ਜੀ ਲੱਗਿਆ ਹੋਇਆ, ਪਰ ਮੈਨੂੰ ਆਵਾਜ਼ ਤੋਂ ਕੁਛ ਉਦਾਸ ਹੀ ਲੱਗਦੀ ਸੀ। ਮੰਮੀ, ਮੈਂ ਜਾ ਕੇ ਆਵਾਂ ਜੋਤ ਕੋਲੇ ਚੰਡੀਗੜ੍ਹ? ਉਹ ਰਹਿਣ ਦੇ, ਤੂੰ ਉਹਦੇ ਕਾਲਜ ਆਏ ਕਿਸੇ ਨਾਲ ਸਿੰਘ ਫਸਾ ਲੇਗਾ, ਐਵੇਂ ਜਵਾਕੜੀ ਨੂੰ ਜੱਬ ਖੜਾ ਕਰੇਗਾ। ਲੈ, ਮੈਂ ਤਾਂ ਜਿਵੇਂ ਬਿਨਾਂ ਗੱਲ ਤੋਂ ਲੜਦਾ ਫਿਰਦਾ। ਨਾ, ਬਿਨਾਂ ਗੱਲ ਤੋਂ ਲੜਦਾ ਸੀ ਤਾਂ ਹੀ ਤਾਂ ਪੂਰਾ ਨਹੀਂ ਪੜ ਸਕਿਆ। ਹੁਣ ਮਿੱਟੀ ਨਾਲ ਮਿੱਟੀ ਹੋਈ ਜਾ ਸਾਰੀ ਉਮਰ। ਜੋਤ ਕੋਲ ਜਾਊਂਗਾ ਤਾਂ ਸਿਰਫ ਮੈਂ ਜਾਊਂਗਾ। ਐਵੇਂ ਕੰਮ ਕਰਤਾਰ ਨੂੰ ਕੁਛ ਨਾ ਕੁਛ ਕਹੀ ਜਾਂਦੇ ਹੋ, ਸਿੱਧੀ ਤੇਰਾ ਕਹੋ ਨਾ, ਮੇਰਾ ਜੀ ਨਹੀਂ ਲੱਗਦਾ ਪੋਤੀ ਬਿਨਾ। ਮੈਂ ਤਾਂ ਕਹਿੰਦੀ ਆ ਕੋਈ ਇੱਕ ਜਣਾ ਗੇੜਾ ਜ਼ਰੂਰ ਮਾਰ ਕੇ ਆਓ ਜੋਤ ਕੋਲੇ, ਮੈਨੂੰ ਤਾਂ ਡਰ ਲੱਗਦਾ ਰਹਿੰਦਾ। ਅੱਜ ਕੱਲ ਮੰਡੀਰ ਦਾ ਬੜਾ ਬੁਰਾ ਹਾਲ ਹੈ। ਕਿਸੇ ਨੂੰ ਕੋਈ ਲੋੜ ਨਹੀਂ ਚੰਡੀਗੜ੍ਹ ਜਾਣ ਦੀ, ਇਸ ਤਰ੍ਹਾਂ ਤਾਂ ਉਹਦੀ ਪੜ੍ਹਾਈ ਖਰਾਬ ਹੋ ਜਾਏਗੀ। ਮੈਂ ਜਦ ਵੀ ਜਾਊਂਗਾ ਉਹਨੂੰ ਮਿਲ ਆਊਂਗਾ। ਤੂੰ ਫਿਕਰ ਨਾ ਕਰ, ਉਹ ਸਾਡੀ ਧੀ ਹੈ, ਕਿਸੇ ਦੀ ਕੀ ਮਜਾਲ ਉਹਦੇ ਵੱਲ ਝਾਕ ਵੀ ਜਾਵੇ। ਉਹ ਬੱਲੇ ਬੱਲੇ ਬੱਲੇ, ਅੱਜ ਤਾਂ ਤੇਰਾ ਭਰਾ ਕੰਮ ਵਾਲੇ ਕੜਾਕੇ ਕੱਢੀ ਜਾਂਦਾ। ਹੋਰ ਕਿਤੇ ਐਵੇਂ ਹੀ, ਤੁਸੀਂ ਤਾਂ ਐਵੇਂ ਹੀ ਕਹਿੰਦੇ ਰਹਿੰਦੇ ਉਹਨੂੰ। ਚੱਲ ਛੱਡ ਉਹਨੂੰ। ਹਾਂ ਸੱਚ, ਮੈਂ ਤੇਰੇ ਨਾਲ ਇੱਕ ਖਾਸ ਗੱਲ ਕਰਨੀ ਸੀ। ਅਰਸ਼ ਦਾ ਵਿਚੋਲਾ ਮਿਲਿਆ ਸੀ ਅੱਜ ਮੈਨੂੰ ਸ਼ਹਿਰ ਆੜਤੀਆਂ ਦੇ, ਕਹਿੰਦਾ ਚੂੜ ਚੱਕ ਵਾਲੇ ਵਿਆਹ ਮੰਗਣ ਗਿਆ ਕਿ ਸਿਆਲਾਂ ਦਾ। ਉਹਨਾਂ ਦੀ ਵੱਡੀ ਕੁੜੀ ਕੈਨੇਡਾ ਤੋਂ ਆ ਰਹੀ ਹੈ ਨਾ। ਲੈ ਕੋਈ ਨੀ, ਫਿਰ ਕਰ ਦਿਆਂਗੇ ਵਿਆਹ, ਆਪਣੀ ਤਾਂ ਸੁੱਖ ਨਾਲ ਪੂਰੀ ਤਿਆਰੀ ਹੈ। ਪਰ ਮੈਂ ਉਹ ਸੋਚਦੀ ਹਾਂ ਵੀ ਜੇ ਉਦੋਂ ਤੱਕ ਆਪਾਂ ਰਾਜ ਦਾ ਮੰਗਣਾ ਹੀ ਨਾ ਕਰ ਲਈਏ, ਧੀ ਤੋਰਾਂਗੇ ਤੇ ਘਰ ਨੂੰ ਲੈ ਆਵਾਂਗੇ। ਪੋਲੀਆਂ ਗੱਲਾਂ ਕਰਦੀਆਂ ਭੈਣ ਮੇਰੀਏ, ਰਾਜ ਦਾ ਤਾਂ ਉਦੋਂ ਪਤਾ ਲੱਗੂ ਜਦੋਂ ਲਿਆ ਕੇ ਕਿਤੋਂ ਪੈਰੀ ਹੱਥ ਲਵਾ ਦੇ ਕਹਿੰਦਾ ਲਵਾਰ ਮੰਮੀ ਪਾਣੀ। ਲੈ ਇਹੋ ਜਿਹਾ ਨੀ ਮੇਰਾ ਮੁੰਡਾ, ਮੈਂ ਤਾਂ ਉਹਦੇ ਲਈ ਆਪ ਦੇਖ ਭਰ ਕੇ ਕੁੜੀ ਲੱਭੂ ਜਿਹੜੀ ਬੁੱਢੇ ਬਾਰੇ ਸਾਡੀ ਸੇਵਾ ਕਰੇ। ਚੰਗਾ ਫਿਰ, ਉਹਦੇ ਲਾਏ ਪਰੋਠੇ ਖਾ ਲਈ ਜਿਹੜੇ ਦੇਸੀ ਤਲ ਤਲ ਕੱਢੂ। ਲੋ ਵੀ ਇਕੱਠੇ ਹੋ ਕੇ ਖਾਣਾ ਬਣਾਉਂਦਾ ਜਿਹੜਾ ਸਵਾਦ ਹੈਗਾ ਨਾ, ਇਹਨੂੰ ਕਹਿੰਦੇ ਨੇ ਕੋਆਪਰੇਟਿਵ ਬੇਸ ਤੇ ਕਿਚਨ ਬਣਾਉਣੀ। ਕਿਉਂ ਭੈਣ? ਕਿਹਨੂੰ ਕਿਹਾ? ਉਹ ਜੋਤ ਨੂੰ ਕਿਹਾ। ਹਾਂ ਹਾਂ, ਤੈਨੂੰ ਤਾਂ ਚੰਗਾ ਲੱਗਣਾ ਹੀ ਹੈ। ਪਹਿਲਾਂ ਕੱਲਾ ਜਦੋਂ ਦਸ ਦਸ ਜਣਿਆਂ ਦੀ ਰੋਟੀ ਬਣਾਉਂਦਾ ਸੀ ਨਾ, ਪੂਤਨੀ ਭੁੱਲੀ ਰਹਿੰਦੀ ਸੀ। ਇਸੇ ਲਈ ਸਾਨੂੰ ਤਰਸ ਆਇਆ, ਚਲੋ ਇਹਦੀ ਮਦਦ ਕਰ ਦਈਏ। ਉਹ ਇਸੇ ਲਈ ਤਾਂ ਮੈਂ ਤੁਹਾਡਾ ਥੈਂਕਫੁਲ ਵੀ ਹਾਂ, ਸਿਰਫ ਤੁਸੀਂ ਹੋ ਜਿੰਨਾ ਮੇਰੇ ਬਾਰੇ ਸੋਚਿਆ, ਨਹੀਂ ਤਾਂ ਹੋਰ ਤੇ ਇੱਧਰ ਕੋਈ ਵਰਤਾ ਵੀ ਨਹੀਂ।
सोनिया सारे उठ गए? हाँ जी सारे उठ गए। पर कर्नल साहब तो कितने विखाई नहीं दे रहे, कितने सुते ही ना पे हो। इन्हों की है उन्हों का ख्याल तो मैनु ही रखना पैना, मैं हुने वेखदी हाँ। कर्नल साहब, कर्नल साहब उत्तरी की गल, तुसी हाले उठे ही नहीं, तबीयत तो ठीक है ना? कल का जुकाम होया मैडम चोपड़ा। फिर मैडम चोपड़ा तुसी तो मैनु मैडम ना क्या करो, तुहाडे मुंह तो सिर्फ प्रीति चंगा लगता है। चंगा प्रीति जी तुसी चलो मैं तैयार होके आना। फिर प्रीति जी? प्रीति जी नहीं सिर्फ प्रीति। चंगा सिर्फ प्रीति जी तुसी जाओ मैं आना है। मारे गए बड़ी जरूरी गल करनी सी। मैं कई बारी नोट किता वो मुंडा ना मेरा पीछा करता है ते जदों मैं देखदी हां वो फिर लुक जांदा है। पीछा भी तो सोहणियां कुड़ियां दा कीता जांदा है, हुण मेरा ना किसे ने पीछा कर लिया ना? तू कितना पीछा कराना मैं कटिया? तू कदे सीरियस भी हुंदा है? मैं अपनी प्रॉब्लम डिस्कस कर रही हां ते तू उत्तों कौन है? वो जेड़ा इहदा फ्रेंड हैगा राज। की तू चंगी तरह नोट किता? मेरा मतलब कितने भुलेखा तो नहीं लगन दिया तेनू? मैनू कोई भुलेखा नहीं लग्या, मैं कई बारी नोट किया वो मैनू बड़ी अजीब जी नजर नाल देखता है। कौन देखता अजीब नजर नाल? कीदी मौत आई आ? राज दी। केड़ा राज? ओही जेड़ा मेरा दोस्त है। ओ सोहना जिहा मुंडा, वो तो साहू बहुत है। तू ही दसदा सी ना पढ़ाई च भी बहुत होशियार है और नशा भी कोई नहीं करता। एह जे मुंडे किते? अंकल मैनू एक गल दसो, तुसी मेरे वाल हो कि मुंडे वाल? मैं तेरे वाल। आया पाती आज
ज्योत पापा मैं ओ पापा ओ तू घबराई हुई क्यों है पापा मैं लो जी मैं गल कर दी है हेलो हाँ बेटे की गल हो गई नहीं मम्मी एक्चुअली मैं सुती पई सी फोन दी घंटी सुन के घबरा गई ऊपर पापा दी आवाज मैंने तो समझ ही ना आवे मैं की करा ले एदे च घबराने वाली केड़ी गल है तू ठीक ठाक है हाँ मम्मी मैं ठीक ठाक हाँ तुसी फिकर ना करो चंगा पुत्तर जदों छुट्टियां होन गया उदों फोन कर दे ठीक है जी मम्मी सत श्री अकाल क्यों की गल होगी कुछ नहीं जी सुती पई सी उत्तों तुहाडी आवाज सुन के घबरा गई न्याणी है एवें डर जांदी है प्रभजोत मेरी गल तो सुन बस आज तू सिर्फ मेरी सुन आज तो बाद तू मेनू तंग नहीं करेगा मैं सब प्रभजोत मेरी गल तो सुन बस आज तू सिर्फ मेरी सुन आज तो बाद तू मेनू तंग नहीं करेगा मैं सब बर्दाश्त नहीं कर सकती मैं कॉलेज छड़ के चली जावांगी जे मेरी पढ़ाई विच रह गई तो उसका जिम्मेदार सिर्फ तू होवेगा प्रभजोत अंकल बड़े उदास ने कुछ बोलते ही नहीं की होया पता नहीं आज तरीक नहीं 15 फरवरी क्यों की होया अजे तो कुछ नहीं होया होगा तो उदो जो अंकल शाम रामदा पैग लाउंगे ओ क्यों
वो अजंटी की बरसी है ना, आओ आप सारे रल के इन्हों के दुख वंडाइए। अंकल कितने साल हो गए उन्हां दी डेथ नूं? की दी? आज आंटी दी बरसी है ना? किने कहा? एसपी ने। मैनूं लगदा अगले साल एक बरसी होर मनाउणी पौगी। कर्नल साहब, जो होना सी ओ हो गया, जान वाले कदे वापस नहीं आउंदे। इन्नी लंबी जिंदगी पई है, हुण तुसीं अगे दी सोचो। कितने यादां दे सहारे टकरा मार मार के जीओगे? ओ आंटी, कल्ला बंदा दे विचारा टकरा ही मार सकदा। अंकल बहुत प्यार करदे सी तुसी आंटी नूं। हाँ, प्यार उपर वाले दी ओ रहमत है, जिसनूं मिल जावे ओहदे तो खुशकिस्मत कोई नहीं, जिहनूं ना मिले ओहदा इस दुनिया ते आउणा ना आउणा इक बराबर है, और जिस मेरे वर्गे नूं मिल के खुस जावे ओहदे दुख दा तां कोई अंदाजा ही नहीं ला सकदा। ये दुनिया प्यार तो बिना फिक्की है, प्यार तो बिना हनेरी है। जिन्हों प्यार ना होवे ओदे तो बदकिस्मत कोई नहीं। ये दुनिया बस प्यार है, बस प्यार, प्यार तो बिना कुछ भी नहीं। मैं ते आप हो कहनी हाँ, मैनू तो कदे कदे लगता है कि कुड़ियां कॉलेज पढ़न कट ते रोमांस करन ज्यादा आंदियां ने। अरे उम्र ही एहो जी हुंदी है, प्यार नहीं तो दोस्ती तो हो ही जाती है। चुप कर, ये भी कोई कमां चो कम है। ओ कालजा विच होर हुंदा भी की है। ओ भाई होना की आ, प्यार मोहब्बत ओए ते नजारे। शट अप, मार मार थप्पड़ मुंह तोड़ दवांगी। चुप कर जोत, आपा नी मुंह लगना इना दे। चलो गुस्सा ना करो, सानू भी बहुती काली नहीं। सारे बड़े बदमाश। अपराध मैं नहीं मारिया। हाय हाय, कुछ पई है गोरे मुकड़े ते लाली फिक्की पै गई। अग का ध्यान रखना भाऊ, जे छेड़ना हो ना तो कई कुड़ी नूं नहीं मैडम नूं छेड़ना, क्योंकि उहदा कोई बॉयफ्रेंड नहीं हुंदा। आ लाछा पईआं कुटदे आ, आ मेरा पला, आ मेरा पला। सारे हुण वड़े कॉलेज च तोड़ू थोड़ी लत्तां। मैं हुण फेर आउंदे आ, लगदा इन्हां दे चित्तर पुल करना ही पैणा। सत श्री अकाल भैण जी। जी अज तो असीं तुहानूं ते कॉलेज दीआं सारीआं कुड़ीआं नूं आपणीआं भैणां समझांगे। इन्हां नूं की हो गया, रातों रात एडा वड्डा चमत्कार? ए चमत्कार भी उसे ने कीता होणा जिहनूं तेरी सब तों वध फिकर रहिंदी है। प्यार उपर वाले दी ओह रहमत है, जिस मिल जावे ओहदे तो खुशकिस्मत कोई नहीं, जिहनूं ना मिले ओहदा इस दुनिया ते आउणा ना आउणा इक बराबर है, और जिस मेरे वर्गे नूं मिल के खुस जावे ओहदे दुख दा तां कोई अंदाजा ही नहीं ला सकदा। ये दुनिया प्यार तो बिना फिक्की है, प्यार तो बिना हनेरी है। जिहनूं प्यार ना होवे ओहदे तो बदकिस्मत कोई नहीं। ये दुनिया बस प्यार है, बस प्यार, प्यार तो बिना कुछ भी नहीं। की गल, शीशे नूं पुछ रही है तू कितनी सोहणी है? ए गल इन्हें नहीं दसनी, ए गल दसन लई तां किसे होर नूं आना पैना। Thank you.
ਅਸੀਂ ਪਿਆਰ ਤੇਰੇ ਲਈ ਚੀਕਾਂਗੇ, ਸੋਚਾਂ ਦੇ ਨਕਸ਼ ਉਲੀਕਾਂਗੇ, ਤੈਨੂੰ ਕਬਰਾਂ ਤੀਕ ਉਡੀਕਾਂਗੇ। ਹੁਣ ਨਹੀਂ ਤਾਂ ਅਗਲੇ ਜਨਮ ਸਹੀ, ਸਾਡਾ ਇਸ ਜਨਮ ਦਾ ਜੋੜ ਨਹੀਂ। ਮਤ ਸੋਚ ਲਵੀ ਤੈਨੂੰ ਭੁੱਲ ਗਏ ਹਾਂ, ਅਸੀਂ ਇਸ਼ਕ ਤੇਰੇ ਵਿੱਚ ਰੁਲ ਗਏ ਹਾਂ। ਤੈਨੂੰ ਚਾਹੁਣਾ ਸਾਡੀ ਮਰਜ਼ੀ ਹੈ, ਤੈਨੂੰ ਪਾਉਣਾ ਸਾਡੀ ਕਿਸਮਤ, ਤੈਨੂੰ ਸੱਦਣਾ ਸਾਡੀ ਮਰਜ਼ੀ ਹੈ, ਤੇਰਾ ਆਉਣਾ ਸਾਡੀ ਕਿਸਮਤ। ਇਸ ਚੰਦਰੀ ਕਿਸਮਤ ਨੂੰ ਜੇਕਰ ਬਦਲਾ ਪਾਈਏ, ਦੱਸ ਐਸਾ ਕੀ ਕਰੀਏ, ਤੇਰੇ ਦਿਲ ਨੂੰ ਪਾ ਜਾਈਏ।
अच्छा इनू आ दे पीजी जी पिछले टाइम तो वाह रवाज पै गया एदा कुड़ियां कट्ठियां रहिंदियां ने ना इस करके चंगा भी है सत श्री अकाल मैं कर्नल बराड़ सत श्री अकाल हैलो अच्छा अच्छा तुसीं हो कर्नल बराड़ बीबा ने कई दफा तुहाडा जिक्र कीता है पापा जी सत श्री अकाल सत श्री अकाल वीरे सत श्री अकाल मैं बैग लेके आउनी हां बैठो जी कोई नहीं बैठन नूं तां की है होर तुसीं सुनाओ की हाल तुहाडा कोई काम होवे तां दस्सिया जी इत्थे चंगी अपनी कोई तंग तों करे तां दस्सिओ लित्तर लावांगे सड़े दे नहीं नहीं कोई जरूरत नहीं मैं काफी इन्हां दा ध्यान रखण लई तुसीं जो तुहानूं जल्दी भेज दिओ जरूरी नहीं सारी छुट्टी पिंड बैठी रहे ते पढ़ाई दा नुकसान होवे अच्छा अंकल जी चंगा जी चलदे ओके आओ ਕੀ ਹੋਇਆ ਤੈਨੂੰ ਇਹ ਕਦੇ ਹੱਸਣਾ ਕਦੇ ਰੋਣਾ ਉਹ ਭਰਾਵਾ ਹੱਸਣ ਮੈਂ ਤਾਂ ਡਿਆ ਵੀ ਕਿੱਥੇ ਪੰਗਾ ਲੈ ਬੈਠਾ ਤੇਰਾ ਬਣੂ ਕੀ ਤੇ ਰੋਣ ਮੈਂ ਤਾਂ ਡਿਆ ਵੀ ਆਖਿਰ ਹੈ ਤਾਂ ਤੂੰ ਮੇਰਾ ਯਾਰ ਹੀ ਬਾਪੂ ਜੀ ਉੱਥੇ ਤਾਂ ਮੇਰਾ ਪੂਰਾ ਜੀ ਲੱਗਿਆ ਹੋਇਆ ਪੀਜੀ ਵਿੱਚ ਅਸੀਂ ਸਾਰੇ ਫੈਮਿਲੀ ਵਾਂਗ ਰਹਿੰਦੇ ਹਾਂ ਬਾਪੂ ਜੀ ਉਹ ਤੁਸੀਂ ਮੁੰਡਾ ਵੇਖਿਆ ਸੀ ਨਾ ਐਸਪੀ ਉੱਥੇ ਕਮਾਲ ਦਾ ਹੈ ਇੰਨਾ ਦਿਲ ਲਗਾਉਂਦਾ ਸਾਰਿਆਂ ਦਾ ਪੁੱਛੋ ਹੀ ਨਾ ਨਾ ਉੱਥੇ ਮੁੰਡਾ ਵੀ ਰਹਿੰਦਾ ਤੇਰੇ ਬਾਪੂ ਜੀ ਤਾਂ ਦੱਸਦੇ ਸੀ ਸਿਰਫ ਕੁੜੀਆਂ ਹੀ ਨੇ ਦਾਦੀ ਮਾਂ ਮੁੰਡਾ ਥੋੜੀ ਹੈ ਉਹ ਤਾਂ ਤੁਸੀਂ ਸਮਝੋ ਸਾਡਾ 6-7 ਭੈਣਾਂ ਦਾ ਭਰਾ ਹੈ ਵਿਚਾਰਾ ਗਰੀਬ ਘਰ ਚੋਂ ਸਾਡੀਆਂ ਰੋਟੀਆਂ ਲਾ ਲਾ ਕੇ ਪੜ੍ਹਾਈ ਕਰਦਾ ਹੈ ਬੇਟਾ ਫਿਰ ਤਾਂ ਤੁਸੀਂ ਉਹਦੀ ਹੈਲਪ ਕਰਦਿਆ ਕਰੋ ਉਹ ਤਾਂ ਅਸੀਂ ਕਰਾਉਣੀ ਆ ਤਕਰੀਬਨ ਰੋਟੀ ਤਾਂ ਅਸੀਂ ਬਣਾਉਣੀ ਆ ਅੱਛਾ ਜੋਤ ਪੁੱਤਰ ਉਹ ਤੁਹਾਡੇ ਕਰਨਲ ਸਾਹਿਬ ਦਾ ਕੀ ਹਾਲ ਹੈ ਉਹ ਤੇ ਪੂਰੀ ਫੌਜੀ ਨੇ ਹਰ ਟਾਈਮ ਅਟੈਂਸ਼ਨ ਉਹਨਾਂ ਨੂੰ ਵੇਖ ਕੇ ਤਾਂ ਸਾਨੂੰ ਇੰਜ ਲੱਗਦਾ ਜਿਵੇਂ ਅਸੀਂ ਕਿਸੇ ਮਿਲਟਰੀ ਕੈਂਪ ਵਿੱਚ ਰਹਿੰਦੇ ਹੋਈਏ ਸਾਡੇ ਡਿਸਪਲਿਨ ਦਾ ਪੂਰਾ ਖਿਆਲ ਰੱਖਦੇ ਤੇ ਸਾਡੀ ਸਿਕਿਉਰਿਟੀ ਦਾ ਵੀ ਕੀ ਹਿੰਮਤ ਕਿਸੇ ਦੀ ਕਿ ਸਾਡੇ ਪੀਜੀ ਵੱਲ ਝਾਕ ਵੀ ਜਾਵੇ ਪੂਰੇ ਸੈਕਟਰ ਵਿੱਚ ਪੂਰਾ ਫੌਜੀ ਰੋਹ ਹੈਗਾ ਇੰਨੇ ਜੋਗਾ ਲੱਗਦਾ ਤਾਂ ਹੈ ਨਹੀਂ ਨਹੀਂ ਪਾਪਾ ਇਹੋ ਜਿਹੇ ਫੌਜੀ ਚੀੜੇ ਹੁੰਦੇ ਆ ਪੂਰਾ ਜ਼ੋਰ ਲਾ ਕੇ ਰੱਖੇ ਵਾਲਾਂ ਦੇ ਸਟਾਈਲ ਤੇ ਬੜੀ ਔਖੀ ਹੋ ਗਈ ਯਾਰੋ ਸੁਰਿੰਦਰ ਖਾਣਾ ਖੁਣਾ ਲਵਾਓ ਅਸੀਂ ਫਿਰ ਬਾਹਰ ਜਾਣਾ ਜੀ ਨਾਣੀ ਨੂੰ ਹਲਵਾ ਲਾਇਆ ਨਿਆਣਿਆਂ ਨੂੰ ਕਹਿੰਦੇ ਆਬੇ ਹੁਣ ਨਾ ਮੈਨੂੰ ਵੰਗਣ ਲਾਇਆ ਰਹਿਣਾ ਮੈਂ ਜਾਣਿਆ ਨੀ ਭਾਬੀ ਦੱਸਣੀ ਜੀੜਦਾ ਤੈਂਗੀ ਗੁਣ ਜਾਣਿਆ ਨੀ ਭਾਬੀ ਉਹ ਭਾਂਜੇ ਕਿਵੇਂ ਪੈਂਚਰ ਜਾ ਹੋਇਆ ਪਿਆ ਸੁੱਖਦਾ ਉਹ ਮੰਮਾ ਠੰਡ ਜੀ ਲੱਗਦੀ ਸੀ ਮੈਂ ਕਿਹਾ 10 ਮਿੰਟ ਧੁੱਪੇ ਪੈ ਜਾਂਦੇ ਆ ਬੱਲਿਆ ਤੇਰੀ ਜਵਾਨੀ ਦੇ ਉਹ ਜਦੋਂ ਮੈਂ ਤੇਰੇ ਵਰਗਾ ਸੀ ਜਵਾਨੀ ਦੀ ਕਰਵੀ ਨਾਲ ਭੁੜਕ ਭੁੜਕ ਪੈਂਦਾ ਸੀ ਉਹ ਮੰਮਾ ਤੇਰਾ ਕੀ ਆ ਤੂੰ ਤਾਂ ਹੁਣ ਵੀ ਭੁੜਕ ਭੁੜਕ ਪੈਂਦਾ ਲੈ ਹਾਂ ਹੈਲੋ ਕੀ ਗੱਲ ਸੀ ਮੇਰਾ ਫੋਨ ਕੱਟਤਾ ਫੋਨ ਤਾਂ ਕੱਟਣਾ ਹੀ ਸੀ ਸਾਰੇ ਪਰਿਵਾਰ ਵਾਲੇ ਮੇਰੇ ਕੋਲ ਸੀ ਹੁਣ ਮੈਂ ਆਪਣੇ ਰੂਮ ਵਿੱਚ ਆ ਕੇ ਫੋਨ ਲਗਾਇਆ ਦੱਸ ਕੀ ਕੰਮ ਹੈ ਉਹ ਕੰਮ ਆਸ਼ਕਾਂ ਨੂੰ ਕਾਹਦੇ ਹੁੰਦੇ ਆ ਹੀਰ ਚਲੀ ਗਈ ਪੇਕੇ ਰਾਂਝਾ ਮੋਟਰ ਤੇ ਧੁੱਪ ਸੇਕੇ ਛੱਡ ਆਪਣੀ ਸ਼ਾਇਰੀ ਜੇ ਮੇਰੇ ਘਰ ਵਾਲੇ ਨੂੰ ਪਤਾ ਲੱਗ ਗਿਆ ਨਾ ਤਾਂ ਉਹ ਤਾਂ ਕੀ ਤੇਰੇ ਡੈਡੀ 4 ਬੰਦੇ ਨਾਲ ਲੈ ਕੇ ਮੇਰੇ ਪਿੰਡ ਆਉਣਗੇ ਇੱਕ ਛੁਹਾਰਾ ਮੇਰੇ ਮੂੰਹ ਨੂੰ ਲਾਉਣਗੇ ਤੇ ਬਾਕੀ ਝੋਲੀ 'ਚ ਪਾਉਣਗੇ ਪਾਰਾ ਵੀ ਬੰਦੂਕ ਦੀ ਨਾਲ ਤੇ ਰੱਖ ਕੇ ਪਾਉਣਗੇ ਉਹ ਕਿਉਂ ਡਰਾਈ ਜਾਨੀ ਐਵੇਂ ਕਮਜ਼ੋਰ ਜੇ ਦਿਲ ਦਾ ਬੰਦਾ ਐਵੇਂ ਚਾਹ ਜਾਂਦੀ ਹੋ ਜੂ ਤੇਰੀਆਂ ਤਾਂ ਗੱਲਾਂ ਹੀ ਨਹੀਂ ਖਤਮ ਹੁੰਦੀਆਂ ਚੱਲ ਹੁਣ ਮੈਂ ਫੋਨ ਰੱਖਦੀ ਹਾਂ ਓਕੇ ਬਾਏ ਬਾਏ ਉਹ ਭਾਂਜੇ ਫੋਨ ਨੇ ਤਾਂ ਤੈਨੂੰ ਟੈਕਸ ਕਰਤਾ ਕਿਤੇ ਕੋਈ ਅੱਟੀ ਸੱਟੀ ਦੇ ਲਈ ਫਿਰਦਾ ਚੰਡੀਗੜ੍ਹ ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ ਕਿਸੇ ਲੱਕ ਦੇ ਹੁਲਾਰਿਆਂ ਨੇ ਪੱਟਿਆ ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ ਲੈ ਵੀ ਸਾਡਾ ਇਹ ਕਬੂਤਰ ਤਾਂ ਕਿਸੇ ਛਤਰੀ ਤੇ ਬਹਿ ਗਿਆ ਲੱਗਦਾ ਬਾਪੂ ਜੀ ਤੁਹਾਡੇ ਨਾਲ ਇੱਕ ਰਾਇ ਕਰਨੀ ਸੀ ਦੱਸ ਪੁੱਤਰ ਸੰਭਾਲ ਸਰ ਵਾਲੇ ਸਰਪੰਚ ਹਰਨੇਕ ਨੇ ਆਪਣੀ ਜੋਤ ਵਾਸਤੇ ਉਹਦੇ ਪਿੰਡ